ਪੰਜਾਬ ਟੀਵੀ ਨਿਊਜ਼ ਦੇ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਨਿਸ਼ਿਤਾ ਸਾਕਾ। ਇਸ ਵੇਲੇ ਦੀ ਖਬਰ ਨੰਗਲ ਤੋਂ ਲੈ ਕੇ ਹਾਜ਼ਰ ਹੋਈਆਂ। ਕੋਰੋਨਾ ਵਾਇਰਸ ਨਾਲ ਜਿੱਥੇ ਲੋਕ ਆਪੋ ਆਪਣੇ ਘਰਾਂ ਵਿੱਚ ਬੈਠੇ ਹੋਏ ਨੇ, ਉੱਥੇ ਹੀ ਸਫਾਈ ਸੇਵਕਾਂ ਨੇ ਆਪਣੀ ਜ਼ਿੰਦਗੀ ਦਾ ਰਿਸਕ ਲੈਂਦੇ ਹੋਏ ਸਾਡੇ ਲਈ ਸ਼ਹਿਰ ਵਿੱਚ ਸਫਾਈ ਜਾਰੀ ਰੱਖੀ ਹੋਈ ਹੈ। ਜਿਸ ਦੇ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਸ਼ਹਿਰ ਦੀ ਸਫਾਈ ਦਾ ਕੰਮ ਜਾਰੀ ਰੱਖਿਆ, ਜਿਸ ਕਰਕੇ ਸ਼ਹਿਰ ਵਾਸੀਆਂ ਨੇ ਉਹਨਾਂ ਨੂੰ ਸੱਚੇ ਯੋਧੇ ਦੀ ਉਪਾਧੀ ਦਿੱਤੀ ਅਤੇ ਨਾਲ ਹੀ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਦੇਖੋ ਸਾਡੀ ਰਿਪੋਰਟ ਰਕੇਸ਼ ਰਾਣਾ ਦੇ ਨਾਲ। ਕੋਰੋਨਾ ਵਾਇਰਸ COVID-19 ਦੇ ਚਲਦੇ ਜਿੱਥੇ ਹਰ ਵਿਅਕਤੀ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ ਤਾਂ ਕਿ ਇਹ ਭਿਅੰਕਰ ਬਿਮਾਰੀ ਤੋਂ ਬਚਿਆ ਜਾ ਸਕੇ, ਉੱਥੇ ਹੀ ਅਗਰ ਗੱਲ ਕਰੀਏ ਸਫਾਈ ਸੇਵਕਾਂ ਦੀ ਤਾਂ ਉਹ ਸਾਡੇ ਸਮਾਜ ਨੂੰ ਕੋਰੋਨਾ ਵਰਗੀ ਬਿਮਾਰੀ ਤੋਂ ਬਚਾਉਣ ਲਈ ਗਲੀ ਮੁਹੱਲੇ ਦੀ ਸਫਾਈ ਚ ਜੁਟੇ ਹਨ। ਉਨ੍ਹਾਂ ਦੇ ਇਹ ਚੰਗੇ ਕੰਮ ਨੂੰ ਦੇਖਦੇ ਹੋਏ ਨੰਗਲ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਸੱਚੇ ਯੋਧੇ ਦੀ ਉਪਾਧੀ ਦਿੰਦੇ ਹੋਏ ਫੁੱਲਾਂ ਦੀ ਵਰਖਾ ਕੀਤੀ ਤੇ ਨੋਟਾਂ ਦੇ ਹਾਰਾਂ ਨਾਲ ਸਨਮਾਨਿਤ ਕੀਤਾ। ਸਨਮਾਨਿਤ ਕਰਨ ਵਾਲਿਆਂ ਦੀ ਕਹਿਣਾ ਹੈ ਕਿ ਜਿੱਥੇ ਅਸੀਂ ਘਰ ਦੇ ਵਿੱਚ ਅੰਦਰ ਬੈਠ ਕੇ ਬਿਮਾਰੀ ਨਾਲ ਸਾਹਮਣਾ ਕਰ ਰਹੇ ਹਨ, ਉੱਥੇ ਹੀ ਇਹ ਸਫਾਈ ਸੇਵਕ ਗਲੀਆਂ ਦੇ ਵਿੱਚ ਜਾ ਕੇ ਕੂੜਾ ਚੁੱਕ ਕੇ ਸ਼ਹਿਰ ਦੀ ਸਫਾਈ ਦਾ ਅਹਿਮ ਕੰਮ ਕਰ ਰਹੇ ਹਨ। ਇਸ ਕੰਮ 'ਚ ਇਲਾਕਾ ਨਿਵਾਸੀਆਂ ਨੇ ਸਮਾਜ ਸੇਵੀ ਟੋਨੀ ਸਹਿਗਲ ਨਾਲ ਮਿਲ ਕੇ ਸਫਾਈ ਸੇਵਕਾਂ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ। ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਉਨ੍ਹਾਂ ਸੈਨਿਕਾਂ ਦਾ ਸਨਮਾਨ ਕੀਤਾ ਜਿਨ੍ਹਾਂ ਦੀ ਅੱਜ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਹ ਜਿਹੜੀ ਕੋਰੋਨਾ ਮਹਾਮਾਰੀ ਹੈ ਇਸ ਲਈ ਇੱਕ ਸਾਨੂੰ ਚੇਤਾਵਨੀ ਦਿੱਤੀ ਹੈ, ਥਪੇੜ ਦਿੱਤੀ ਹੈ। ਇਹ ਜਿਹੜੇ ਸਫਾਈ ਸੇਵਕ ਹੈ ਇਨ੍ਹਾਂ ਦੀ ਅੱਜ ਜ਼ਰੂਰਤ ਇੰਨੀ ਜ਼ਿਆਦਾ ਹੈ ਜਿੰਨੀ ਇੱਕ ਸੋਲਜਰ ਦੀ ਹੈ ਬਾਰਡਰ ਦੇ ਉੱਤੇ, ਜਿੰਨੀ ਪੁਲਿਸ ਪ੍ਰਸ਼ਾਸਨ ਦੀ ਹੈ। ਅੱਜ ਸਾਨੂੰ ਇਨ੍ਹਾਂ ਦਾ ਇੰਨਾ ਇੱਜ਼ਤ ਮਾਨ ਕਰਕੇ ਇੱਕ ਆਪਣੇ ਆਪ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਵੀ ਹੈ ਇਨਸਾਨ, ਤੂੰ ਇੰਨਾ ਗੰਦਾ ਜਿਹੜਾ ਗੰਦ ਖਿਲਾਰਿਆ ਹੋਇਆ ਇਹ ਤੂੰ ਖਿਲਾਰਦਾ ਹੈ, ਇਹਨੂੰ ਜਿਹੜਾ ਸਫਾਈ ਕਰ ਰਹੇ ਹੈ ਉਹ ਵੀ ਸਾਡੇ ਭਰਾ ਨੇ। ਇਸ ਕਰਕੇ ਦਿਲੋਂ ਧੰਨਵਾਦ ਕੀਤਾ ਇਨ੍ਹਾਂ ਦਾ ਬਈ ਥੋੜਾ ਜਿਹਾ ਲੋਕਾਂ ਚ ਜਾਗਰਤੀ ਆਵੇ। ਜ਼ਰੂਰਤ ਹੈ ਅਜਿਹੇ ਯੋਧਿਆਂ ਦੀ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਕਰਨ ਦੀ ਤਾਂ ਜੋ ਇਹਨਾਂ ਦਾ ਹੌਸਲਾ ਵੱਧਦਾ ਰਹੇ ਅਤੇ ਸਾਡੇ ਲਈ ਸ਼ਹਿਰ ਦੀ ਸਫਾਈ ਕਰਦੇ ਰਹਿਣ ਤਾਂ ਜੋ ਅਸੀਂ ਕੋਰੋਨਾ ਦਾ ਘਰ ਬੈਠ ਕੇ ਲੜ ਸਕੀਏ।